ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ PGI ਚੰਡੀਗੜ੍ਹ ਵਿੱਚ ਦਾਖਲ ਪੰਜਾਬ ਦੇ ASI ਹਰਜੀਤ ਸਿੰਘ ਦਾ ਹਾਲ ਚਾਲ ਪੁੱਛਿਆ। ਹਰਜੀਤ ਸਿੰਘ ਦਾ ਕੱਲ ਪਟਿਆਲਾ ਵਿੱਚ ਕੁਝ ਅਕੌਤੀ ਨਿਹੰਗ ਸਿੰਘ ਨੇ ਹੱਥ ਵੱਢ ਦਿੱਤਾ ਸੀ। ਮੁੱਖ ਮੰਤਰੀ ਨੇ ਹਰਜੀਤ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ। ਹਰਜੀਤ ਸਿੰਘ ਕੱਲ ਸਬਜ਼ੀ ਮੰਡੀ ਵਿੱਚ ਨਾਕੇ ਉੱਤੇ ਡਿਊਟੀ ਕਰ ਰਹੇ ਸਨ ਜਦੋਂ ਕੁਝ ਨਿਹੰਗ ਬਣੇ ਕੁਝ ਗੁੰਡਿਆਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਸੀ। ਇੱਕ ਦੋਸ਼ੀ ਨੇ ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ, ਪਰ ਪੁਲਿਸ ਅਧਿਕਾਰੀ ਨੇ ਹਿੰਮਤ ਤੋਂ ਕੰਮ ਲਿਆ ਅਤੇ ਆਪਣਾ ਹੱਥ ਚੁੱਕ ਕੇ ਹਸਪਤਾਲ ਪਹੁੰਚੇ। ਉਹਨਾਂ ਨੂੰ ਤੁਰੰਤ ਹੀ PGI ਲਈ ਭੇਜ ਦਿੱਤਾ ਗਿਆ। ਉਹਨਾਂ ਦਾ ਹੱਥ ਡਾਕਟਰਾਂ ਵੱਲੋਂ ਮੁੜ ਜੋੜ ਦਿੱਤਾ ਅਤੇ ਗ੍ਰਿਫਤਾਰ ਕੀਤੇ 11 ਦੋਸ਼ੀਆਂ ਨੂੰ ਪਟਿਆਲਾ ਦੇ ਅਦਾਲਤ ਨੇ 11 ਦਿਨ ਦੇ ਪੁਲਿਸ ਰਿਮੇਂਡ ਉੱਤੇ ਭੇਜ ਦਿੱਤਾ ਹੈ। ਪੰਜਾਬ ਨਿਊਜ਼ ਐਕਸਪ੍ਰੈਸ TV ਚੰਡੀਗੜ੍ਹ ਤੋਂ ਆਰਤੀ ਸ਼ਰਮਾ ਦੀ ਰਿਪੋਰਟ। ਕੀ ਹਾਲ ਹੈ ਤੁਹਾਡਾ ਬੇਟਾ, ਠੀਕ ਹੋ ਤੁਸੀਂ? ਤੁਸੀਂ ਬੜੇ ਬਹਾਦਰ ਨਿਕਲੇ, ਬਹੁਤ ਬਹਾਦਰ, ਬਹੁਤ ਸਾਨੂੰ ਬੜਾ ਫਖਰ ਹੈ ਤੁਹਾਡੇ ਤੇ। ਤੇ ਡਰ ਤਾਂ ਨਹੀਂ ਜ਼ਿਆਦਾ ਹੋ ਰਹੀ? ਤਕਲੀਫ ਤਾਂ ਹੁੰਦੀ ਹੈ, ਹਾਂ, ਪਰ ਦਵਾਈ ਦੁਵਾਈ ਇੱਥੇ ਦਿੰਦੇ ਹੋਣੇ। ਅੱਛਾ, ਸਾਡੇ ਇੱਕ ਦੋ ਸਾਲ ਪਹਿਲਾਂ ਮੇਰਾ ਇੱਕ ਵਾਕਫ ਸੀ, ਉਹਦੀ ਵੀ ਐਸੇ ਜੈਸੇ ਤੁਹਾਡਾ ਹੋਇਆ, ਉਹਦੀ ਕੰਮ ਕਰਦੇ ਨੇ, ਬਾਂਹ ਹੱਥ ਲਾਤਾ ਸੀਗਾ ਉਹ ਕੰਮ 'ਚ, ਅਤੇ ਉਸ ਤੋਂ ਬਾਅਦ ਡਾਕਟਰਾਂ ਨੇ ਪਟਿਆਲੇ ਜੋੜਤਾ ਸੀ ਔਰ ਅੱਜ ਬਿਲਕੁਲ 101% ਠੀਕ ਚੱਲ ਰਿਹਾ। ਧਰਮਿੰਦਰ ਹੈ ਸਾਡਾ ਮਿਸਤਰੀ ਉੱਥੇ ਪਟਿਆਲੇ ਦਾ, ਤਾਂ ਤੁਹਾਡਾ ਵੀ ਹੈ, ਤੁਸੀਂ ਬਿਲਕੁਲ ਠੀਕ ਰਹੋ। ਤੁਹਾਡਾ ਵਾਹਿਗੁਰੂ ਨੇ ਬਿਲਕੁਲ ਤੁਹਾਡਾ ਹੱਥ ਜੋੜ ਦੇਣਾ ਔਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਬਾਅਦ 'ਚ ਕਿ ਕੈਸੇ ਹੋ। ਬਸ ਤੁਸੀਂ ਹੁਣ ਡਾਕਟਰਾਂ ਦਾ ਜਰਾ, ਡਾਕਟਰ ਤੁਹਾਡਾ ਧਿਆਨ ਰੱਖ ਰਹੇ ਨੇ, ਤੁਸੀਂ ਜਰਾ ਹੁਣ ਆਰਾਮ ਨਾਲ ਆਪਣਾ ਆਰਾਮ ਕਰੋ। ਦੇਖੋ ਤੁਸੀਂ ਤਾਂ ਮੁਸਕਰਾ ਰਹੇ ਹੋ, ਚੰਗੀ ਗੱਲ ਹੈ। ਔਰ ਹੋਰ ਕੋਈ ਗੱਲ ਹੋਵੇ ਬੇਟਾ, ਸਾਡੇ ਅਫਸਰ ਆਪਣੇ ਉੱਥੇ ਹੋਣਗੇ, SP ਸਾਹਿਬ, ਉਹਨਾਂ ਸਾਰਿਆਂ ਨੂੰ ਦੱਸ, ਜੋ ਕੋਈ ਕੰਮ ਹੋਏ, ਜੋ ਕੋਈ ਤੁਹਾਨੂੰ ਤਕਲੀਫ ਹੋਏ, ਜੋ ਤੁਹਾਨੂੰ ਲੋੜ ਹੋਏ ਕਿਸੇ ਗੱਲ ਦੀ, ਉਹਨਾਂ ਨੂੰ ਦੱਸ ਦਿਓ, ਮੇਰੇ ਕੋਲ ਪਹੁੰਚਾ ਦੇਣਗੇ। ਠੀਕ ਹੈ ਬੇਟਾ, ਬਸ ਧਿਆਨ ਰੱਖੋ ਆਪਣਾ।